बिस्मिल्लाहिर्रहमानिर्रहीम। सजनों ते मित्रों अस्सलाम वालेकुम। दोस्तों साडी आई जी वीडियो दी मेहमान बजुर्ग दा नाम बाबा सराजदीन धमाणिया है। बाबा सराजदीन दा तल्लक मौजा डंडोट तहसील जफरबाद जिला नारोवाल नाल है। मौजा डंडोट जम्मू बार्डर ते पाकिस्तान दी हदूद दा आखरी पिंड है। मौजा डंडोट किसे वक्त बड़ा अहमियत रखता सी क्या मैं पाकिस्तान तो पहला इत्थे बहुत वड्डी मार्केट सी ते इत्थे बहुत वड्डी दुकाना बड़ी बड़ी थोक दियां दुकाना सन जिथों दूसरे दुकानदार सौदा खड़दे सन कपड़े दियां दुकाना ते और कई तरह दियां दुकाना इत्थे। ते इस तों इलावा इस जगह ते क्यामे पाकिस्तान तों पहलां रियासत जम्मू च हिंदुस्तान समगलिंग दा माल भी आंदा जांदा सी तो ओह इत्थे पहले जिहड़े समगलर सन पहले माल इत्थे रखते सन इत्थों फिर दूना पासे अगे पिछे जांदा सी। जिन्हें अगर रियासत जम्मू तों जाना है वह भी इत्थे इत्थों जांदा सी ते जे रियासत जम्मू तों आंदा सी तो वह भी पहले इत्थे आंदा सी ते फिर अगे मसलन हिंदुस्तान ते मुंतकल हुंदा सी। ते इत्थे इह क्यामे पाकिस्तान तों पहलां इत्थे बहुत वड्डा किला सी। इक ਉਹ ਕਿਲ੍ਹੇ ਦੀ ਇੱਕ ਆਪਣੀ ਅਹਿਮੀਅਤ ਸੀ। ਕਿਸੇ ਵਕਤ ਇੱਥੇ ਗੁਲਾਬ ਸਿੰਘ ਦੀਆਂ ਫੌਜਾਂ ਦਾ ਅਤੇ ਮਕਾਮੀ ਲੋਕਾਂ ਦੇ ਦਰਮਿਆਨ ਇੱਕ ਲੜਾਈ ਹੋਈ ਸੀ। ਤਾਰੀਖ ਦੱਸਦੀ ਹੈ ਜਿਹਨੀ ਅਤੇ ਉਹ ਲੋਕਾਂ ਨੇ ਮਕਾਮੀ ਲੋਕਾਂ ਨੇ ਇਹ ਕਿਲ੍ਹੇ ਦੇ ਅੰਦਰ ਦਾਖਲ ਹੋ ਕੇ ਅਤੇ ਗੁਲਾਬ ਸਿੰਘ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਸੀ। ਲੇਕਿਨ ਨਾਚਾਰ ਉਹਨਾਂ ਦੇ ਗੁਲਾਬ ਸਿੰਘ ਦੇ ਭਾਈ ਸੁਰਜੀਤ ਸਿੰਘ ਨੇ ਗੁਲਾਬ ਸਿੰਘ ਦੀ ਫੌਜ ਦੀ ਕਮੀ ਵਜ੍ਹਾ ਤੋਂ ਆਖਰ ਕਾਮਯਾਬੀ ਹਾਸਲ ਕਰ ਲਈ ਅਤੇ ਮਕਾਮੀ ਲੋਕਾਂ ਨੂੰ ਹਥਿਆਰ ਸੁੱਟਣਾ ਪਏ ਅਤੇ ਆਖਰ ਫਿਰ ਸੁਲਾ ਇਸ ਕਾਰਨ ਹੋਈ ਕਿ 19 ਘੋੜੇ ਅਤੇ ਜੋ ਅਸਮਾਨ ਸੀ ਜੰਗੀ ਉਹ ਦੇਣੇ ਤੋਂ ਬਾਅਦ ਕੁਛ ਮੁਆਵਜ਼ਾ ਦਿੱਤਾ ਅਤੇ ਫਿਰ ਸੁਲਾ ਕੀਤੀ ਅਤੇ ਗੁਲਾਬ ਸਿੰਘ ਨੇ ਇਹ ਕਿਲ੍ਹਾ ਮਕਾਮੀ ਲੋਕਾਂ ਨੂੰ ਦੁਬਾਰਾ ਵਾਪਸ ਦੇ ਦਿੱਤਾ। ਬਰਕੈਫੀਰ ਇੱਕ ਅਲੱਗ ਦਸਤਾਣੀ ਅਤੇ ਹੁਣ ਅਸੀਂ ਇਸ ਮਿਸ਼ੀ ਮੌਜਿਆ ਦੇ ਇੱਕ ਬਜ਼ੁਰਗ ਬਾਬਾ ਸਰਾਜ ਜੀ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਇਹਨਾਂ ਕੋਲੋਂ ਪੁਰਾਣੀਆਂ ਗੱਲਾਂ ਬਾਤਾਂ ਪੁੱਛਦੇ ਹਾਂ। ਕਿਵੇਂ ਪਾਕਿਸਤਾਨ ਤੋਂ ਪਹਿਲਾਂ ਦੀਆਂ ਅਤੇ ਕਿਵੇਂ ਪਾਕਿਸਤਾਨ ਦੇ ਦੌਰਾਨ ਇਹਨਾਂ ਨੇ ਕੀ ਹਾਲਾਤ ਦੇਖੇ ਆਓ ਫਿਰ ਉਹਨਾਂ ਨੂੰ ਮਿਲੀਏ ਅਤੇ ਉਹਨਾਂ ਕੋਲੋਂ ਮਜ਼ੀਦ ਗੱਲਾਂ ਬਾਤਾਂ ਪੁੱਛੀਏ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਅਸਲਾਮ ਵਾਲੇਕੁਮ ਬਜ਼ੁਰਗੋ, ਕੀ ਹਾਲ? ਠੀਕ ਠਾਕ? ਠੀਕ ਠਾਕ। ਹੋਰ ਸਿਹਤ ਦੀ ਸੁਣਾਓ? ਬਸ ਠੀਕ ਹੈ, ਸ਼ੁਕਰ ਹੈ ਮਾਲਕ। ਅੱਛਾ ਬਜ਼ੁਰਗੋ, ਆਪਣਾ ਕੀ ਨਾਂ ਹੈ ਭਲਾ? ਸਰਾਜੀ। ਅੱਛਾ ਜੀ, ਵਾਲਦ ਸਾਹਿਬ ਦਾ ਨਾਂ ਯਾਦ ਹੈ? ਹਾਂਜੀ। ਮੈਂ ਪਿਓ ਦਾ ਨਾਂ ਯਾਦ ਹੈ ਕੋਈ? ਆਹੋ। ਕੀ ਨਾਂ ਸੀ ਭਲਾ? ਆਹੋ। ਅਤੇ ਦਾਦਾ ਜੀ ਦਾ ਕੋਈ ਪਤਾ? ਹਾਂ। ਕੀ ਨਾਂ ਸੀ? ਗੁਰੂ। ਠੀਕ ਹੈ ਠੀਕ ਹੈ। ਅੱਛਾ, ਅਤੇ ਆਪਣੀ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕੁਝ 90 ਸਾਲ। ਜਿਸ ਟਾਈਮ ਉਧਰ ਤੁਸੀਂ ਆਇਓ ਮਸਲਾ ਜਿਸਲੇ ਪਾਕਿਸਤਾਨ ਅਤੇ ਹਿੰਦੁਸਤਾਨ ਬਣਿਆ ਉਸ ਵੇਲੇ ਕਿੱਡੇ ਕਹੋ ਤੁਸੀਂ? ਉਸ ਸਮੇਂ 15 ਸਾਲ। ਅੱਛਾ, 15 ਸਾਲ। ਠੀਕ ਹੈ ਠੀਕ ਹੈ। ਮਸਲਾ ਤੁਹਾਨੂੰ ਉਹ ਸ਼ਬਾ ਆਸਣਾ ਫਿਰ ਪਤਾ ਨਾ ਸਾਰਾ ਉੱਧਰ ਦਾ ਸੰਭਾਲ ਹੈ। ਠੀਕ ਹੈ ਠੀਕ। ਤੁਸੀਂ ਇਹ ਦੱਸੋ ਕਿ ਇਹ ਜਿਹੜੇ ਪਿੰਡ ਅਸੀਂ ਬੈਠੇ ਤਾਂ ਇਹਦਾ ਕੀ ਨਾਂ ਹੈ ਭਲਾ? ਇਹਦਾ ਕੀ ਨਾਂ ਹੈ, ਪਿੰਡ ਦਾ ਨਾਂ ਕੀ ਹੈ ਇਹ ਜਿੱਥੇ ਬੈਠੇ ਹਾਂ? ਇੱਥੇ? ਹਾਂਜੀ ਹਾਂਜੀ, ਦਨੋਟ। ਦਨੋਟ। ਅੱਛਾ, ਅਤੇ ਦਨੋਟ ਦੇ ਆਲੇ ਦੁਆਲੇ ਕਿਹੜੇ ਪਿੰਡ ਨੇ ਭਲਾ? ਦਨੋਟ ਦੇ ਦੁਆਲੇ ਕਿਹੜੇ ਪਿੰਡ ਨੇ ਆਲੇ ਦੁਆਲੇ? ਆਲੇ ਦੁਆਲੇ ਚਮਾਣਾ। ਠੀਕ ਹੈ। ਬਰਾਰਾ, ਚਮਾਣਾ, ਇਹ ਬੈਰਾ, ਜੰਗੂ ਜੰਗ। ਠੀਕ ਹੈ ਠੀਕ ਹੈ ਠੀਕ। ਅਤੇ ਇਹ ਦਨੋਟ ਦੀ ਤਹਿਸੀਲ ਕਿਹੜੀ ਹੈ ਭਲਾ? ਨਹੀਂ ਪਤਾ। ਜਫਰਵਾਲ। ਤਹਿਸੀਲ ਤਾਂ ਜਫਰਵਾਲ। ਜਫਰਵਾਲ, ਠੀਕ ਹੈ ਠੀਕ ਹੈ। ਅਤੇ ਜ਼ਿਲ੍ਹਾ ਭਲਾ? ਜ਼ਿਲ੍ਹਾ ਨਾਰੋਵਾਲ। ਨਾਰੋਵਾਲ ਸਾਹਿਬ, ਠੀਕ ਹੈ ਠੀਕ ਹੈ। ਅੱਛਾ, ਤੁਸੀਂ ਹੁਣ ਇਹ ਦੱਸੋ ਕਿ ਤੁਸੀਂ ਇੱਥੋਂ ਮਕਾਮੀ ਹੋ ਜਾਂ ਰਿਆਸਤੀ ਹੋ? ਰਿਆਸਤੀ। ਰਿਆਸਤੀ। ਰਿਆਸਤ 'ਚ ਕਿਹੜਾ ਸੀ ਪਿੰਡ ਭਲਾ ਆਪਣਾ? ਨੌਲਾ। ਅੱਛਾ, ਨੌਲਾ। ਅਤੇ ਉਹ ਜਿਹੜਾ ਪਿੰਡ ਸੀ ਤੁਹਾਡਾ, ਉਹਦੇ ਆਲੇ ਦੁਆਲੇ ਕਿਹੜੇ ਪਿੰਡ ਹਨ ਭਲਾ? ਉੱਥੇ। ਹਾਂਜੀ, ਕਿਹੜੇ ਕਿਹੜੇ ਪਿੰਡ? ਕੋਈ ਯਾਦ ਹੈ ਨਾ ਭਲਾ? ਕੋਈ ਕਰੋ ਯਾਦ ਭਲਾ। ਉਸ ਪਿੰਡ
ਲਾਗੇ ਲਾਗੇ ਪਿੰਡ ਹਨ ਜਿਹੜੇ ਦੱਸੋ ਸਾਂਦੀ ਸਾਂਦੀ ਇੱਕ ਨਹੀਂ ਕੋਈ ਯਾਦ ਉਹ ਪਿੰਡ ਜਿਹੜੇ ਦੁਆਲੇ ਉੱਥੇ ਕਿਹੜੇ ਕਿਹੜੇ ਪਿੰਡ ਇੱਕ ਸਾਂਦੀ ਹੋਰ ਕਿਹੜਾ ਸਾਂਦੀ ਫਿਰ ਬਹਿਰਾ ਫਿਰ ਦੂਸਰਾ ਅੱਛਾ ਚਲੋ ਤੁਸੀਂ ਆਹ ਦੱਸੋ ਕਿ ਉਹਦੀ ਤਹਿਸੀਲ ਕਿਹੜੀ ਸੀ ਹੀਰਾਨਗਰ ਸੀ ਤਹਿਸੀਲ ਉਹਦੀ ਅੱਛਾ ਜੀ ਠੀਕ ਆ ਠੀਕ ਅਤੇ ਜ਼ਿਲ੍ਹਾ ਕਿਹੜਾ ਸੀ ਕਠੂਆ ਜ਼ਿਲ੍ਹਾ ਕਠੂਆ ਅੱਛਾ ਜ਼ਿਲ੍ਹਾ ਕਠੂਆ ਸੀ ਅਤੇ ਤਹਿਸੀਲ ਹੀਰਾਨਗਰ ਹਾਂ ਠੀਕ ਆ ਠੀਕ ਆ ਇਹ ਇੱਧਰ ਜੀ ਫਿਰ ਪਿੰਡ ਇੱਧਰ ਕਰ ਠੀਕ ਆ ਠੀਕ ਆ ਠੀਕ ਅਤੇ ਉੱਥੇ ਤੁਹਾਡੀ ਜ਼ਮੀਨ ਹੈ ਸੀ ਕੋਈ ਕਿੰਨੀ ਕੁ ਜ਼ਮੀਨ ਸੀ ਜ਼ਮੀਨ ਤਾਂ ਬੜੀ ਸੀ ਹੋਰ ਚਾਲੀ ਉਹ ਕਿੰਨੀ ਸਾਰੀ ਸਾਰੀ ਕੋਈ ਉਹ ਦੋ ਸਾਰੇ ਮੈਨੂੰ ਜਿੰਨੀ ਵੀ ਆ ਤੁਸੀਂ ਦੱਸ ਦਿਓ ਮੈਨੂੰ ਸਤਾਈ 17 ਕਿੱਲੇ ਗਿਆ ਅਤੇ 20 ਕਿੱਲੇ ਗਿਆ ਅੱਛਾ ਲਓ ਅੱਛਾ ਤੁਸੀਂ ਦੱਸੋ ਜ਼ਮੀਨ ਕਿਹੀ ਸੀ ਤਾਂ ਜ਼ਮੀਨ ਸਹੀ ਸੀ ਸਹੀ ਜ਼ਮੀਨ ਸੀ ਕਿਹੜੀ ਕਿਹੜੀ ਫਸਲ ਹੁੰਦੀ ਰਹੀ ਫਸਲ ਕਿਹੜੀ ਕਿਹੜੀ ਹੁੰਦੀ ਰਹੀ ਫਸਲ ਇਹ ਹੋਈ ਨਹੀਂ ਸੀ ਬਾਜਰਾ ਬੁਜਰਾ ਅੱਛਾ ਕਣਕ ਠੀਕ ਆ ਠੀਕ ਆ ਚੌਵਲ ਤਾਂ ਨਹੀਂ ਹੁੰਦੇ ਰਹੇ ਮੂੰਜੀ ਤਾਂ ਨਹੀਂ ਹੁੰਦੀ ਰਹੀ ਨਹੀਂ ਠੀਕ ਆ ਅਤੇ ਕੋਈ ਪਾਣੀ ਦਾ ਜ਼ਰੀਆ ਹੈ ਜੀ ਉਹਨੂੰ ਜ਼ਮੀਨ ਨੂੰ ਪਾਣੀ ਹਾਣੀ ਲਾਉਣ ਕੋਈ ਖੂਹ ਸੂਹ ਕੋਈ ਨਹੀਂ ਕੋਈ ਬਾਹਰ ਅੱਛਾ ਅਤੇ ਤੁਹਾਡਾ ਉੱਥੇ ਪਿੰਡ ਕਿੱਡਾ ਕੁ ਵੱਡਾ ਸੀ ਉਹ ਪਿੰਡ ਸੋਖਾ ਸੀ ਅੱਛਾ ਅਤੇ ਉਹਦੇ ਕੋਲ ਲੰਬੜਦਾਰ ਨਾਂ ਯਾਦ ਆ ਲੰਬੜਦਾਰ ਦਾ ਲੰਬੜਦਾਰ ਕਿਹੜਾ ਸੀ ਉਹ ਦਿਨਾਂ 'ਚ ਜਦੋਂ ਤੁਸੀਂ ਆਏ ਉੱਧਰੋਂ ਲੰਬੜਦਾਰ ਨਹੀਂ ਯਾਦ ਅੱਛਾ ਅਤੇ ਤੁਸੀਂ ਕਿੱਡਾ ਕੁ ਮਤਲਬ ਕੋਈ ਆਬਾਦੀ ਕਿੰਨੀ ਕੁ ਹੋਏਗੀ ਤੁਹਾਡੇ ਅੰਦਾਜ਼ ਮੁਤਾਬਕ ਤੁਹਾਡੇ ਪਿੰਡ ਦੀ ਬਾਦੀ ਸਾਡੇ ਪਿੰਡ ਜੀ ਬਾਦੀ ਬੜੀ ਸੀ ਉਹ ਬੈਰਾ ਖਾਣਾ ਨਰਾਸ ਪਿੰਡ ਨੌਨਾਸ ਹੈ ਅੱਛਾ ਅਤੇ ਲਾਗੇ ਲਾਗੇ ਛੋਟੇ ਪਿੰਡ ਚਲੋ ਯਾਨੀ ਕੋਈ ਡੇਰੇ ਨੂੰ ਮਾਹ ਹੋਣਾ ਫਿਰ ਪਿਓ ਕੋਈ ਹਿਸਾਬ ਦਾ ਹੈਂ ਡੇਰਿਆਂ ਨੂੰ ਮਾਹ ਸੀ ਕੋਈ ਹਿਸਾਬ ਦਾ ਹਾਂ ਬਾਅਦ ਪਿੰਡ ਮੁੰਡੇ ਛੋਟੇ ਛੋਟੇ ਕੋਈ ਚਾਰ ਘਰ ਇੱਥੇ ਚਾਰ ਅੱਗੇ ਇਸ ਤਰ੍ਹਾਂ ਵੀ ਹੁੰਦੇ ਨੇ ਅੱਛਾ ਤੁਸੀਂ ਇਹ ਦੱਸੋ ਕਿ ਉੱਥੇ ਤੁਹਾਡੇ ਪਿੰਡ ਕੋਈ ਸਕੂਲ ਵੀ ਆ ਸੀ ਉਹ ਲੱਗਾ ਸੀ ਅੱਛਾ ਤੁਹਾਨੂੰ ਕੋਈ ਪੜ੍ਹਨ ਦਾ ਮੌਕਾ ਮਿਲਿਆ ਬਚਪਨ 'ਚ ਉਹ ਇਸ ਜਿਹੜੀ ਗੱਲ ਆਹਦਾ ਪੜ੍ਹਨ ਦਾ ਮੌਕਾ ਮਿਲਿਆ ਸੀ ਪਿੰਡ ਸਕੂਲ ਜਾਣ ਦਾ ਛੋਟੇ ਹੁੰਦੇ ਹੋ ਤੁਹਾਨੂੰ ਪੜ੍ਹਨੇ ਗਏ ਹੋ ਸਕੂਲੇ ਕੀ ਸਕੂਲੇ ਗਏ ਹੋ ਜਦੋਂ ਛੋਟੇ ਹੁੰਦੇ ਰਹੇ ਹੋ ਛੋਟੇ ਆਪਣੀ ਜ਼ਬਾਨ ਯਾਦ ਦੱਸ ਆਹਦਾ ਸਕੂਲੇ ਗਿਆ ਸੀ ਤੂੰ ਨਹੀਂ ਨਹੀਂ ਗਿਆ ਠੀਕ ਕੀ ਵਜ੍ਹਾ ਬਣੀ ਕਿਉਂ ਨਹੀਂ ਗਏ ਬਸ ਵਜ੍ਹਾ ਇਹ ਬਣੀ ਬਈ ਪੜ੍ਹਾਈ ਦਾ ਕੰਮ ਵਾਲੇ ਪਾਸੇ ਖਿਆਲ ਹੁੰਦਾ ਹੋਣਾ ਫਿਰ ਕੰਮ ਵਾਲੇ ਪਾਸੇ ਤੁਸੀਂ ਲੋਕਾਂ ਦਾ ਇਹੋ ਜ਼ਿਆਦਾ ਰੁਝਾਨ ਹੁੰਦਾ ਕੰਮ ਵਾਲੇ ਪਾਸੇ ਕੰਮ ਕਰੋ ਛੱਡੋ ਪੜ੍ਹਾਈ ਨਹੀਂ ਕੀ ਲੈਣਾ ਠੀਕ ਹੈ ਅਤੇ ਸਕੂਲ ਵੀ ਦੂਰ ਹੁੰਦਾ ਹੈਗਾ ਕਿਤੇ ਖੂਬ ਅੱਛਾ ਠੀਕ ਹੈ ਠੀਕ ਹੈ ਅਤੇ ਤੁਹਾਡੇ ਪਿੰਡ ਦੇ ਕੋਲੋਂ ਕੋਈ ਨਾਰਾ ਸ਼ਾਲਾ ਵੀ ਗੁਜ਼ਰਦਾ ਰਿਹਾ ਸੀ ਨਾਲਾ ਵਗੈਰਾ ਭਾਜੀ ਕੀ ਨਾਲ ਦਾ ਨਾਂ ਨਾਂ ਤਾਂ ਕੁਛ ਵੀ ਨਹੀਂ ਖੜ 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 ਕੀ ਕਹਿੰਦੇ ਰਹੇ ਉੱਥੇ ਮੁਕਾਮੀ ਜਬਾਨ ਉੱਥੇ ਖੜ ਖੜ ਖੜਾ ਹੈ ਅੱਛਾ ਅਤੇ ਉੱਥੇ ਤੁਹਾਡੇ ਪਿੰਡ ਖੂਹ ਕਿੰਨੇ ਕੁ ਹਨ ਖੂਹ ਵੀ ਆਖਣ ਪਾਣੀ ਸਾਣੀ ਪੀਣੇ ਵਾਸਤੇ ਪਾਣੀ ਪਾਣੀ ਤਾਂ ਖੂਹਾਂ ਦਾ ਪੀਂਦੇ ਰਹੇ ਹੁਣ ਅੱਛਾ ਥੋੜ੍ਹਾ ਖੂਹ ਕੋਈ ਨਹੀਂ ਖੂਹ ਖੂਹ ਅੱਛਾ ਕਿੰਨੇ ਹਨ ਇੱਕ ਖੂਹ ਅਤੇ ਉੱਥੇ ਮਤਲਬ ਆਪੂ ਤਾਂ ਉੱਥੇ ਪਾਣੀ ਪੀ ਲਿਆ ਅਤੇ ਬਾਕੀ ਡੰਗਰਾਂ ਸੰਗਰਾਂ ਨੂੰ ਕਿੱਥੇ ਪਾਉਂਦੇ ਰਹੇ ਛੱਪੜ ਤੋਂ ਛੱਪੜ ਕਿੰਨੇ ਹਨ ਇੱਕੋ ਛੱਪੜ ਸੀ ਡੰਗਰਾਂ ਨੂੰ ਵੀ ਉੱਥੇ ਕੱਪੜੇ ਛੱਪੜੇ ਉੱਥੇ ਧੋਣੇ ਸਭ ਉੱਥੇ ਪਾਣੀ ਵੀ ਉੱਥੇ ਪੀਣਾ ਠੀਕ ਹੈ ਪਾਣੀ ਵੀ ਉੱਥੇ ਪੀਣਾ ਅੱਛਾ ਜੀ ਤਾਂ ਵਿੱਚੇ ਫਿਰ ਡੰਗਰ ਪਿਸ਼ਾਬ ਨੁਹਾਲਦੇ ਪਿਸ਼ਾਬ ਸ਼ੁਭ ਕਰ ਵਿੱਚੇ ਪੀਂਦੇ ਐ ਮੈਂ ਅੱਗੇ ਵੀ ਇੱਕ ਦੋ ਬੰਦੇ ਕੋਲ ਇਸ ਤਰ੍ਹਾਂ ਚੁੜਿਆ ਤੂੰ ਵਿੱਚ ਹੀ ਪੀਂਦੇ ਰਹੇ ਕਹਿੰਦੇ ਵੀ ਛੱਪੜ 'ਚ ਮਤਲਬ ਕਿ ਡੰਗਰਾਂ ਨੇ ਵਿੱਚੇ ਪਾਣੀ ਦੀ ਕਮੀ ਸੀ ਠੀਕ ਹੈ ਅੱਛਾ ਜੀ ਅਤੇ ਤੁਸੀਂ ਹੁਣ ਇਹ ਦੱਸੋ ਕਿ ਜਿਸ ਟਾਈਮ ਤੁਸੀਂ ਇੱਦਾਂ ਮਸਲਾ ਹਿੰਦੁਸਤਾਨ ਅਤੇ ਪਾਕਿਸਤਾਨ ਬਣਿਆ ਅਤੇ ਤੁਸੀਂ ਆਪਣੇ ਉਸ ਟਾਈਮ ਦਾ ਕੋਈ ਨਕਸ਼ਾ ਬਿਆਨ ਕਰੋ ਹਾਂ ਵੀ ਕਿਸ ਤਰ੍ਹਾਂ ਬੰਦਾ ਦੇਖੇ ਮਾਹੌਲ ਕਿਸ ਟਾਈਮ ਹਾਲਾਤ ਦੇਖੇ ਜਿਹੜੇ ਜੱਥੇ ਉੱਧਰ ਉੱਧਰ ਜਾਂਦੇ ਆਉਂਦੇ ਜਾਂਦੇ ਹਨ ਤਾਂ ਕੀ ਕੋਈ ਮਾਹੌਲ ਉਸ ਵੇਲੇ ਨਕਸ਼ਾ ਬਿਆਨ ਕਰੋ ਕੋਈ ਗੱਲ ਦੱਸੋ ਉਸ ਵਕਤ ਦੀ ਉਸ ਵੇਲੇ ਕਹਿੰਦੇ ਬੜੀ ਕਤਲ ਵੱਢ ਵੀ ਬੜੀ ਹੋਈ ਆ ਮਾਰ ਧਾੜ ਬੜੀ ਹੋਈ ਆ
तो दसो को नक्शा बयान करो तो किस तरह के हालात देखे किस तरह इतने पुजे समकाल तो आए ने उत्थे खुब गए ने जुत्ती रह गई बेची अच्छा बेई दे फिर उतो आ गए खरार ठीक है खरार बह गए नाणके ठीक है ठीक बजुर्ग रह गया पिछे रजाइयां नप छड़िया रजाइयां बाहर कढ़िया अगे जसा पै गया तलवार कतला मारी नाना जी साडा नाने दे सिर च तलवार मारी उन्हें आख्या हिंदू ने आख्या मरी गया गुजर मरी गया पता नहीं बिच छुप के रजाइयां दे रहा हिंदू ने दस्या बाद च कढ़िया नगान गया अगे जसा पै गया सिखा का सिखा बड़ी कतलाम की है बड़े तलवार मारे खून बगदा है पाकिस्तान तक अच्छा जानी कि फिर तुर के फिर इतने जो पुजियो कि पिंड मना फिर तुर के मना इतने आए सारे अगे फिर तुर के आए साड़ी पैली ही इतने मसलन टांडे कलाड़ च अच्छा टांडे कलाड़ च असं रेंदे खराल रिश्ते रेंदे मसलन अपने रिश्तेदार इतने आ जाओ उतो खरालों छे ने बजुर्ग इतने आ गए पैली टांडे पहले रेंदे धमाने धमाने रेंदे रहे उतो सफर बहुत लम्बा ज्यादा छोटे छोटे बहन भाई वो शादी शुदा हो गए जदाक आ गए बुढ़िया आ गई भरजाइया आ गई पहले दूर बहुत ज्यादा असि दरोड़ चढ़ के मकान पा लिया इतो पैली सू नजीक है इतने सहूलत है हर चीज बच्चे स्कूल जा सकते हैं गड्डी छड्डी ते जाना है तां वी बड़ी फेर अच्छा तुसीं हुण सानूं ये दसो कि अजकल असीं मशीनां ते कनैक्शन कतराने आ ते पहले की रवाज ही तुहाडे वक्तां च पहले आपे करदे सी आपे की करदे हो मसलन दसो सानूं नक्शा जरा आ लबाणे आ लबाणे ठीक है ते फिर हुण मेरा गाह करने बुढ़िया मसलां कर दियां ने मसलां मशीनां ते कनैक्शन के पियांदियां ने ते पहले की तरीका कर ही चक्के पहले आपू पींदे मसलां की कादे चक्की चक्की ते ठीक है जरा नक्शा ते सिर बंद बयान करना है चक्की ते पींदे रहन ते उधरों खराश होंदे रहन खराश भी होंदे रहन एक ऐ जिथे पिंड बैठे हो तुसीं एदे मुतालिक दसदे ने कि इत्थे किला हुंदा रहे भला आ किला सामने ऐ ही किला आ किला तुसीं देखे दा ने असीं देखा उंज उच्चा टिब्बा ही बहुत ज्यादा अच्छा ते बुजुर्गा देखिया ऐ किला तुसीं देखे दा नहीं पहला ही बर्बाद हो गया असीं आए रे अच्छा किला हुंदा रहे ऐ जिहड़ी उच्ची जगह ठीक जिथे सामने बरांडा बेली नहीं पई बल्कि अच्छा दूसरा ये दसदे ने कि ए पिंड जिहड़ा ना डंडोट ये पहले वक्त बड़ा मरकज रहा शहर जिन्हें शहर की शक्ल तैयार की आले दुआले जिन्हें भी पिंड खरीदो फरोख्त करते रहे सांबे शहर करंट होंगे रहा जंगू चौको डंडोट मतलब कि मैं सुने जंगू चौको खड़बूजा उसे सांबे जाता रहा तो मतलब मैं उसे कल एक बजुर्ग को इंटरव्यू आया ना तो उन्होंने पूछा वो जोड़े हैं बाबा गुलाम कादर जंगू चक्किया उन्होंने मैं पूछा मैं क्या बाबा जी थोड़े पिंड दुकान है कहता कि साढ़े पिंड पुत्र एक अद्धी दुकान ही तो मैं क्या कहें यह जी जिम्मे होंगे बच्चे दी चीज़ा मतलब छोटे मोटिया खाने पीने तो मैं फिर कपड़ा लत्था कितों लेंदे रहे सौदा सलब जिस ब्याह शादी कोई खुशी गम कहता डंडोट मैं डंडोट की की सूरत हाल कहता डंडोट उस वे बड़ा वो मुकामी नाथ ने वो जो बाबा ना मुकामी नाथ ने वो मुकामी नाथ ने वो कहता डंडोट कहता बड़ा मन फिर किला ही इतने मना के ठीक ठाक मना बड़ा किला है ठीक ठीक तो फिर इधर हूं तू मना के सही मना जा रही है जिंदगी बसर हो रही है मैं है सही जिंदगी बसर कर रहे हो ना ठीक है चलो जी तो हूँ की कर रहे हो इतने मसलन कोई जिमीदारा किया इतने कर रहे हो जिमीदारा हूँ भी करते पे हूँ तो सेहत खैर माड़ी हो गई हाँ चलो माड़ी हो गई ठीक इतने किन्नी की जमीन चलो गल्लां याद रहणगियां पुरानी गल कोई होई कोई दस्तान किसे रंग दी कोई पुरानी कोई बचपन दी कोई याद अच्छा तुसीं इह दस्सो अजकल क्रिकेट बड़ी है क्रिकेट अजकल गेम बड़ी है
ਤੇ ਪਹਿਲੇ ਵਕਤਾਂ ਤੁਹਾਡੇ ਵਕਤਾਂ 'ਚ ਪਹਿਲਾਂ ਕਿਹੜੀ ਗੇਮ ਜ਼ਿਆਦਾ ਹੁੰਦੀ ਸੀ, ਕਿਹੜੀ ਖੇਡ ਜ਼ਿਆਦਾ ਖੇਡਦੇ ਰਹੇ ਹੁਣ? ਕਿ ਪਹਿਲਾਂ ਕੀ ਮਸਲ ਅੱਜ ਦੱਸਿਓ ਇਹਨੂੰ ਆਦਾ ਬੱਚੇ ਕੀ ਖੇਡਦੇ ਰਹੇ ਸੀ? ਗੈਂਦ ਖੇਡਦੇ ਰਹੇ ਜਾਂ ਗੁੱਲੀ ਡੰਡਾ ਖੇਡਦੇ ਰਹੇ ਜਾਂ ਚੱਕੀਆਂ ਪੀਂਦੇ ਰਹੇ? ਗੁੱਲੀ ਡੰਡਾ, ਕਿਉਂਕਿ ਅੱਜ ਕੱਲ੍ਹ ਤਾਂ ਕ੍ਰਿਕਟ ਬੜੀ ਹੋ ਗਈ ਹੈ ਨਾ, ਅੱਜ ਕੱਲ੍ਹ ਤਾਂ ਕ੍ਰਿਕਟ ਹਰ ਪਾਸੇ ਦੇਖੋ, ਘਰ ਬਾਹਰ ਕ੍ਰਿਕਟ ਹੀ ਕ੍ਰਿਕਟ। ਫਿਰ ਬਾਜ਼ਾਰ ਬਦਲ ਗਿਆ, ਠੀਕ ਹੈ ਠੀਕ, ਮਸ਼ੀਨੀ ਚੌਰ ਆ ਗਿਆ, ਠੀਕ ਹੈ ਠੀਕ ਠੀਕ। ਅੱਛਾ ਤੁਸੀਂ ਇਹ ਦੱਸੋ ਕਿ ਤੁਹਾਨੂੰ ਪਹਿਲਾ ਵਕਤ ਚੰਗਾ ਲੱਗਦਾ ਜਾਂ ਹੁਣ ਵਾਲਾ ਵਕਤ ਚੰਗਾ ਲੱਗਦਾ? ਪਹਿਲਾ ਵਕਤ ਚੰਗਾ। ਪਹਿਲਾ ਵਕਤ ਚੰਗਾ ਸੀ, ਉਹ ਕਿਸ ਵਜ੍ਹਾ ਤੂੰ ਦੱਸੋ ਜਰਾ ਵਜ੍ਹਾ ਦੱਸੋ ਵੀ ਇਸ ਵਜ੍ਹਾ ਤੂੰ ਚੰਗਾ ਸੀ? ਇਸ ਵਜ੍ਹਾ ਚੰਗਾ ਬਈ ਬੰਦੇ ਦੀ ਖਾਸ ਸੀ, ਬੰਦੇ ਨੂੰ ਬੰਦਾ ਮਿਲਦਾ ਹੈ ਖੁਸ਼ੀ, ਬੰਦੇ ਦੀ ਬੰਦਾ ਇੱਜ਼ਤ ਕਰਦਾ ਸੀ, ਅਦਬ ਇਹਤਰਾਮ ਬੜਾ ਸੀ, ਜਾਨੀ ਕਿ ਮੁਹੱਬਤ ਪਿਆਰ ਬੜਾ ਸੀ, ਖਲੂਸ ਮੁਹੱਬਤ ਬੜਾ। ਤੇ ਅੱਜ ਕੱਲ੍ਹ ਲੋਕਾਂ 'ਚ ਕਿੰਨਾ ਫਸਾਦ, ਦੁਸ਼ਮਣੀਆਂ, ਇੱਕ ਦੂਜੇ ਨੂੰ ਖਾਂਦੇ ਨੇ ਬਸ, ਜਾਨੀ ਕਿ ਠੀਕ ਹੈ ਇਹ ਗੱਲ ਵਾਕਿਆ। ਜਾਨੀ ਪਹਿਲੇ ਇਲਮ ਘੱਟ ਸੀ ਲੇਕਿਨ ਅਮਲ ਹੈ ਸੀ, ਅਮਲ ਹੈ, ਹੈਂ, ਇੱਕ ਦੂਜੇ ਅਦਬ ਇਹਤਰਾਮ ਬੜਾ ਸੀ। ਅਤੇ ਹੁਣ ਇਹ ਆ ਵੀ ਇਲਮ ਬੜਾ ਹੋ ਗਿਆ ਅਤੇ ਲੇਕਿਨ ਅਦਬ ਇਹਤਰਾਮ ਖਤਮ ਹੋ ਗਿਆ, ਉਹ ਖਾਧੀ ਪੈਦਾਇਸ਼ ਹੈ ਬਸ। ਫਿਰ ਅੱਲਾ ਤਾਲਾ ਰੋਜ਼ੀ ਵੀ ਤਾਂ ਪੂਰੀ ਕਰਨੀ, ਰੋਜ਼ੀ ਵੀ ਤਾਂ ਪੂਰੀ ਕਰਨੀ ਸਰ। ਅੱਛਾ ਫਿਰ ਹੋਰ ਕੋਈ ਗੱਲ ਦੱਸੋ, ਕੋਈ ਆਪਣੀ ਯਾਦ ਤੋਂ ਕੋਈ ਹੋਰ ਕੋਈ ਯਾਦ ਤਾਜ਼ਾ ਕਰ ਲਓ, ਕੋਈ ਦੱਸੋ ਕੋਈ ਬਚਪਨ ਦੀ ਗੱਲ, ਕੋਈ ਜਿੰਦਗੀ ਦਾ ਕੋਈ ਨਿਸ਼ਾਨ ਦਾ ਕਿਸ ਟਾਈਮ ਚਲੇ ਤਾਂ ਚਲੋ ਗੱਲਾਂ ਯਾਦ ਰਹਿਣਗੀਆਂ। ਉਹ ਬੰਦੇ ਨੂੰ ਜਿਸ ਟਾਈਮ ਰਾਤ ਨੂੰ ਲੰਮੇ ਪਿਆ ਫਿਰ ਯਾਦ ਆਉਂਦੀਆਂ ਨੇ, ਫਿਰ ਬੰਦੇ ਨੂੰ ਯਾਦ ਆਉਂਦੀਆਂ ਇਕੱਲਾ ਹੋਏ ਇੱਧਰ ਕਰੋ ਜੀ। ਕੋਈ ਕੋਈ ਵਾਕਿਆ ਕੋਈ ਜ਼ਿੰਦਗੀ ਦਾ ਕੋਈ ਖਾਸ ਕੋਈ ਗੱਲ ਦੱਸੋ, ਤੁਸੀਂ ਦੱਸੋ। ਮਤਲਬ ਇਹ ਹੈ ਜੀ, ਇਹਨਾਂ ਦਾ ਪਹਿਲਾ ਜ਼ਮਾਨਾ ਸੀ ਨਾ, ਇਹ ਬੜਾ ਸਕੂਨ ਨਾਲ ਦੁੱਧ ਖੁੱਲ੍ਹਾ ਘਿਓ ਖੁੱਲ੍ਹਾ ਖਾਣ, ਬਿਲਕੁਲ ਮਾਲ ਬੱਚਾ ਇਹਨਾਂ ਜਾੜ ਚ ਖਿਦੇੜਨਾ, ਸੁਬਹਾ ਖੋਲ੍ਹਣਾ, ਸ਼ਾਮੇ ਆਪਣੇ ਡੇਰੇ ਆ ਜਾਣਾ, ਛੇਵੇਂ ਖੁੱਟੀਆਂ ਪਾਉਣੀਆਂ, ਧਾਰਾਂ ਕੱਢ ਲੈਣੀਆਂ, ਪੱਠਾ ਕੋਈ ਨਹੀਂ ਪਾਉਣਾ, ਲੰਬੂ ਘਾਹ ਜਿਹੜਾ ਵੱਢ ਵੱਢ ਕੇ ਪਾਉਣਾ, ਠੀਕ ਹੈ, ਕੁਤਰ ਕੇ ਪਾਉਣਾ, ਯਾਦੀ ਬੜੀ, ਜੋ ਭੈਣ ਭਰਾ ਮਿਲਣਾ ਗਿਲਣਾ, ਬਿਲਕੁਲ ਮਹਿਮਾਨ ਨਵਾਜ਼ੀ ਬੜੀ, ਵਿਆਹ ਕਰਨਾ, ਸ਼ੱਕਰ ਚੱਲਣੀ, ਘਿਓ ਚੱਲਣਾ, ਇਹ ਵੀ ਦੱਸ ਰਾਤ ਰਹਿਣਾ, ਤੁਹਾਡੀ ਗੱਲ ਰੁਕੀ। ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜੇ ਵਿਆਹਣ ਗਏ ਹੋ ਤਾਂ ਕਿਹੜੇ ਪਿੰਡ ਵਿਆਹਣ ਗਏ ਹੋ? ਮੈਂ ਕਿਹਾ ਤੁਹਾਡਾ ਵਿਆਹ ਕਿੱਥੇ ਹੋਇਆ ਸੀ? ਰਿਆਸਤ 'ਚ ਹੋਇਆ ਸੀ। ਅੱਛਾ ਜੀ, ਤਾਂ ਰਿਆਸਤ 'ਚ ਕਿਹੜੇ ਪਿੰਡ ਹੋਇਆ ਸੀ? ਕੁਰਵਾਲ। ਕੁਰਵਾਲ, ਅੱਛਾ ਅਤੇ ਕਾਹਦੇ 'ਤੇ ਗਏ ਹੋ ਵਿਆਹਣ? ਨਹੀਂ ਨਹੀਂ, ਪੈਦਲ ਗਏ ਹੋ ਜਾਂ ਕਿਸੇ ਘੋੜਿਆਂ ਦੇ? ਪੈਦਲ ਹੀ। ਹਾਂ, ਕਿੰਨੀ ਕੁ ਦੂਰ ਸੀ ਉਹ ਪਿੰਡ? ਅੱਛਾ, ਅਤੇ ਤੁਹਾਨੂੰ ਫਿਰ ਉਸਲੇ ਖਵਾਇਆ ਪਿਆ ਕੀ ਜਿਸ ਤਰ੍ਹਾਂ ਅੱਜ ਕੱਲ੍ਹ ਮਤਲਬ ਡਿਸ਼ਾਂ 'ਤੇ ਕੀ ਖਵਾਇਆ ਪਿਆ ਦੱਸੋ ਜਰਾ, ਤਾਂ ਕਿ ਅਗਲੀ ਨਸਲ ਨੂੰ ਪਤਾ ਚੱਲ ਜਾਵੇ ਵੀ ਇਹ ਚੀਜ਼ਾਂ ਆਪਣੇ ਪਰ ਪਹਿਲੇ ਵਕਤਾਂ ਜਿਸ ਤਰ੍ਹਾਂ ਰਿਵਾਜ਼ ਹੁੰਦਾ ਸੀ ਹੁਣ ਇਹ ਰਿਵਾਜ਼ ਹੈ। ਉਹ ਅੱਛਾ, ਚੌਲ ਵੀ ਖਾਣੇ ਨੇ ਅਤੇ ਮੈਂ ਉਸ ਵੇਲੇ ਪ੍ਰੀਆ ਵੀ ਦੱਸਦੇ ਰਹੇ ਹੁੰਦਾ ਰਹੀ ਦੇਸੀ ਘਿਓ। ਹਾਂ ਬਿਲਕੁਲ, ਦੇਸੀ ਘਿਓ ਤਾਂ ਕਹਿੰਦੇ ਨੇ ਵਿੱਚ ਚੀਨੀ ਚੂਨੀ ਜਾਂ ਖੰਡ ਪਾ ਕੇ ਉਹਨਾਂ 'ਚ ਪ੍ਰੀਆ ਖਾ ਲੈਂਦਾ ਸੀ ਆਪਣੇ ਵੱਡੇ ਭਰਾ। ਅੱਛਾ ਅੱਛਾ, ਫਿਰ ਤੁਸੀਂ ਇਹ ਦੱਸੋ ਕਿ ਹੁਣ ਅੱਜ ਕੱਲ੍ਹ ਅਸੀਂ ਮਸਲਾਂ ਵੀ ਰਿਵਾਜ਼ ਪਹਿਲੇ ਬੜਾ ਹੁੰਦਾ ਰਹੇ ਕਿ ਜਿਹੜੇ ਜਾਂਦੇ ਰਹੇ ਨਾ ਵਿਆਹਣ ਉਸ ਵੇ ਕੋਈ ਰਾਤ ਸ਼ਾਤ ਰਹਿੰਦਾ, ਰਾਤ 2 ਰਹਿਣਾ, ਹੁਣ ਅੱਜ ਕੱਲ੍ਹ ਤਾਂ ਜਿਹਨੇ ਜਿਹਨੇ ਆ ਜਾਣਾ ਤੁਸੀਂ ਰਿਹੋ ਰਾਤ ਉਹ ਪਹਿਲੇ ਰਿਵਾਜ਼ ਤਾਂ ਜਿੰਨੀ ਰਾਤ ਜਾਣੀ ਉਹਨਾਂ ਦਾ ਫਿਰ ਅਗਲਿਆਂ ਨੇ ਇੰਤਜ਼ਾਮ ਵੀ ਕਰਨਾ ਜੀ, ਉਹਨਾਂ ਦਾ ਬਿਸਤਰ ਦਾ ਹਰ ਚੀਜ਼ ਦਾ, ਹੁੱਕੇ ਪਾਣੀ ਦਾ, ਫਿਰ ਪੂਰੇ ਪਿੰਡ ਦੇ ਹੁੱਕੇ ਇਕੱਠੇ ਕਰ ਲੈਣੇ, ਬਿਸਤਰੇ ਇਕੱਠੇ ਕਰ ਲੈਣੇ, ਮੰਜੀਆਂ ਇਕੱਠੀਆਂ ਕਰ ਲੈਣੀਆਂ, ਹੋਰ ਉਹ ਇੰਤਜ਼ਾਮ ਕਰਨਾ ਰਾਤ 2 ਰਹਿਣਾ ਜਿਹੜਾ ਉਹਨਾਂ ਦੇ ਉਹਨੇ। ਅੱਛਾ ਫਿਰ ਤੁਸੀਂ ਇਹ ਦੱਸੋ ਕਿ ਅੱਜ ਕੱਲ੍ਹ ਮਤਲਬ ਕਿ ਜਿਸ ਟਾਈਮ ਕੁੜੀ ਵਿਆਹ ਕੇ ਆਉਂਦੀ ਹੈ ਉਹ ਆਉਂਦੀ ਹੈ ਕਾਰ ਸ਼ਾਰ 'ਤੇ ਪਹਿਲੇ ਵਕਤਾਂ 'ਚ ਕਾਹਦੇ 'ਤੇ ਆਉਂਦੀ ਰਹੀ? ਉਹ ਡੋਲੀ, ਡੋਲੀ 'ਤੇ, ਠੀਕ ਹੈ ਠੀਕ, ਤਾਂ ਅਗਲੀ ਨਸਲ ਨੂੰ ਪਤਾ ਚੱਲ ਜਾਵੇ ਮਸਜਿਦ ਹੀ ਡੋਲੀ 'ਤੇ ਨਹੀਂ ਆਉਂਦੀ ਰਹੀ, ਡੋਲੀ ਕਿਸ ਤਰ੍ਹਾਂ ਦੀ ਹੁੰਦੀ ਜਰਾ ਥੋੜ੍ਹਾ ਜਿਹਾ ਦੱਸੋ ਨਕਸ਼ਾ ਜਿਹੜਾ ਪਤਾ ਚੱਲ ਜਾਵੇ ਅਗਲੀ ਨਸਲ ਨੂੰ ਕਿਸ ਤਰ੍ਹਾਂ ਦੀ ਹੁੰਦੀ ਡੋਲੀ? ਡੋਲੀ ਉਹਨੇ ਬਾਥਲਾ ਦੇ, ਅੱਛਾ ਇੱਕ ਬੰਦਾ ਹੁੰਦਾ ਜਾਂ ਚਾਰ ਹੁੰਦੇ ਰਹੇ? ਚਾਰ ਬੰਦੇ, ਦੋ ਸੈਂਟਰ 'ਚ ਹੁੰਦੇ ਅਤੇ ਚਾਰ ਸਾਈਡ ਹੁੰਦੇ। ਅੱਛਾ ਜੀ, ਹਾਂਜੀ, ਬਾਂਸ ਵੱਡੇ ਹੁੰਦੇ। ਆਪਣੀ ਉਮਰ ਤੁਹਾਡੀ ਕਿੰਨੀ ਹੋਈ ਆ? ਸਾਡੀ ਆਪਣੀ ਉਮਰ 60 ਸਾਲ ਹੋ ਗਈ। ਅੱਛਾ ਜੀ, ਠੀਕ। ਅੱਛਾ ਤੁਸੀਂ ਇਹਨਾਂ ਦੇ ਬੇਟੇ ਹੋ ਨਾ ਬਜ਼ੁਰਗਾਂ ਦੇ? ਹਾਂਜੀ ਬੇਟੇ। ਕੀ ਨਾਮ ਆਪਣਾ? ਗੁਲਜ਼ਾਰ ਅਹਿਮਦ। ਠੀਕ ਹੈ ਜੀ। ਅਤੇ ਹੋਰ ਕੋਈ ਯਾਦ, ਕੋਈ ਪੁਰਾਣੀ, ਕੋਈ ਰਸਮੋ ਰਿਵਾਜ਼, ਕੋਈ ਰਸਮੋ ਰਿਵਾਜ਼ ਦੱਸ ਦਿਓ, ਕੋਈ ਪੁਰਾਣੇ ਰਸਮੋ ਰਿਵਾਜ਼, ਕੋਈ ਮੇਲੇ ਛੇਲੇ ਵੀ ਦੇਖੇ?
रियासत च रहा कोई मेला उधर जाते देखा के मेला घर मेरे ओले जो ठीक है ठीक है हूँ अजकल अं यार रुपया कहने सिक्के तो पहले वक्त की कहें रहे हो दसो हम जरा ना सिक्कों के ना दसो तो किड़े कि सिक्के होंगे रहे सिक्कों के ना की होंगे रहे दसो तुम अपनी मन पैसे का ना की पैसे का ना की बड़ा ना पैसा नहीं वो दमड़ी भी दमड़ी जेला इस तरह होंगे रहना दमड़ी जेला बिल्कुल इस तरह ना होंगे रहे दमड़ी जेला बजुर्गों को किन्निया दमड़ियां की देली देला बनता रहे कि देलियां फिर अगर बनता रहे पैसा को दसो सू को नक्शा अच्छा तुम यह दसो कि पहले वक्त चंगी गाय मही कि खरीद लें रहे हो कि आज दी रही गाय मेरे रहा दसो कोई मतलब किन्ने आज दी रही चंगी पाकिस्तान बनने तो पहले नहीं नहीं पाकिस्तान बनने तो पहला ये बाद जाने ये काफ़ी रेट पाकिस्तान बनने तो पहला जिस टाइम इधर आए हुए तो पहला पाकिस्तान तो पहला रियासत च किन्ने थी गाय गाय नहीं ठीक है ठीक है अगर मैं बजुर्ग डेट आ गए उ अठारह भी त्री चाली चार फिर अच्छा जी योग चंकी रखते रहे योग चंकी रखी जिन्हें चेर बाई की ਕਿ ਕਿੰਨਾ ਕੁ ਧਿਆਨ ਬਾਹ ਲੈਂਦੇ ਰਹੋ ਕਿੰਨਾ ਕੁ ਜੋਤਰਾ ਲਾ ਲੈਂਦੇ ਹੋ ਠੀਕ ਹੈ ਠੀਕ ਅੱਛਾ ਤੁਸੀਂ ਇਹ ਦੱਸੋ ਕਿ ਅੱਜ ਕੱਲ੍ਹ ਗੇਰਾਂ 'ਤੇ ਅਸੀਂ ਜਾਂ ਟੋਕਿਆਂ ਦੇ ਮੁੰਡੇ ਪੈਠੇ ਪੁੱਠੇ ਕੁਤਰਨੇ ਹਾਂ ਪਹਿਲੇ ਕੀ ਤਰੀਕਾ ਕਰ ਹੱਥ ਨਾਲ ਹੱਥ ਵਾਲੇ ਟੋਕੇ ਨਾਲ ਠੀਕ ਹੈ ਠੀਕ ਹੈ ਜਿਹਨੀ ਟਕੂਆ ਜਿਹਾ ਜਿਸ ਤਰ੍ਹਾਂ ਹੋਏ ਉਸ ਤਰ੍ਹਾਂ ਹੁੰਦਾ ਠੀਕ ਹੈ ਠੀਕ ਅਤੇ ਕੋਈ ਤੁਹਾਡੇ ਪਿੰਡ ਉਸ ਵੇਲੇ ਕੋਈ ਇੱਧਰ ਨਲਕਾ ਸ਼ਲ ਜੋ ਉੱਥੇ ਨਲਕਾ ਨੁਲਕਾ ਵੀ ਕੋਈ ਲੱਗਿਆ ਉਸ ਵੇਲੇ ਕੋਈ ਨਹੀਂ ਅਤੇ ਗੇਅਰ ਸ਼ੇਅਰ ਵੀ ਉਸ ਵੇਲੇ ਕੋਈ ਨਹੀਂ ਕੋਈ ਠੀਕ ਹੈ ਉਹ ਛੱਪੜ ਦਾ ਪਾਣੀ ਕੋਈ ਉਸ ਵੇਲੇ ਕੋਈ ਰੇਡੀਓ ਵੀ ਹੁੰਦਾ ਰਿਹਾ ਸੀ ਕੀ ਕਿਸੇ ਕੋਲ ਰੇਡੀਓ ਵੀ ਆਇਆ ਸੀ ਰੇਡੀਓ ਵੀ ਕੋਈ ਨਹੀਂ ਇੱਧਰ ਆਇਆ ਕਦੋਂ ਤੱਕ ਫਿਰ ਆਇਆ ਰੇਡੀਓ ਜਿਹੜੇ ਤੁਸੀਂ ਇੱਧਰ ਆ ਗਏ ਕਦੋਂ ਤੱਕ ਬਾਅਦ 'ਚ ਆਇਆ ਰੇਡੀਓ ਕਿੰਨੇ ਕੁ ਸਾਲਾਂ ਬਾਅਦ ਆਇਆ ਦੱਸੋ ਰੇਡੀਓ ਖ਼ਬਰਾਂ ਵਾਲਾ ਉਹ ਕੋਈ ਨਹੀਂ ਕੋਈ ਨਹੀਂ ਕਿ ਸਾਡੇ ਬਜ਼ੁਰਗ ਦੱਸਦੇ ਨੇ ਕਿ ਜਦੋਂ ਉੱਧਰੋਂ ਆਏ ਨਾ ਰਿਆਸਤ ਤੋਂ ਅਤੇ ਕਹਿੰਦੇ ਟਿੱਬੇ ਵਾਲੇ ਸ਼ਾਹ ਦੀਨ ਕੋਲ ਫਿਰ ਰੈਡੀ ਕਿੱਥੇ ਖ਼ਬਰਾਂ ਸੁਣਾਉਂਦੇ ਸੀ ਜਮਾਨ ਸਾਰੇ ਮੁੰਡਾ ਗਿਰ ਸਿੰਘ ਇੱਥੇ ਖ਼ਬਰਾਂ ਸੁਣਾਉਂਦੇ ਫਿਰ ਅਸੀਂ ਟਿੱਬੇ ਵਾਲੇ ਸ਼ਾਹ ਦੀਨ ਕੋਲ ਹਾਂ ਟਿੱਬੇ ਵਾਲੇ ਸ਼ਾਹ ਦੀਨ ਕੋਲ ਸਾਡੇ ਬਜ਼ੁਰਗ ਦੱਸਦੇ ਟਿੱਬੇ ਵਾਲੇ ਸ਼ਾਹ ਦੀਨ ਕੋਲ ਫਿਰ ਰੈਡੀਓ ਅਤੇ ਸਾਰੇ ਪਿੰਡਾਂ ਦੇ ਬੰਦੇ ਇੱਥੇ ਖ਼ਬਰਾਂ ਸੁਣਾਉਣੇ ਕਰਨ ਅਤੇ ਅੱਜ ਕੋਈ ਰਿਆਸਤ ਦਾ ਫੈਸਲਾ ਹੋਣਾ ਕੱਲ੍ਹ ਹੋਣਾ ਅੱਜ ਹੋਣਾ ਕੱਲ੍ਹ ਉਹ ਹੁੰਦਾ ਪਿਆ ਤਾਂ ਨਹੀਂ ਜਾਂਦੇ ਕੋਈ ਸਾਈਕਲ ਸੂਕਲ ਵੀ ਹੁੰਦੀ ਨਹੀਂ ਸਾਈਕਲ ਵੀ ਕੋਈ ਸਾਈਕਲ ਵੀ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਕੋਲ ਪੁਰਾਣੀਆਂ ਯਾਦਾਂ ਤੁਸੀਂ ਸਾਥ ਸਾਂਝੀਆਂ ਕੀਤੀਆਂ ਨੇ ਕਾਲੀਆ ਬਸ਼ੀਰ ਪਰਲੇ ਮਹੱਲੇ ਅੱਛਾ ਦੱਸੋ ਤੇ ਉਹਦੇ ਕੋਲ ਜਾਓ ਉਸ ਨੂੰ ਖਬਰ ਕੋਈ ਦੱਸਿਆ ਤਾਂ ਕੀ ਨਾਂ ਜੀ ਬਸ਼ੀਰ ਕਾਲੀਆ ਅੱਛਾ ਚਲੋ ਜੀ ਮਿਹਰਬਾਨੀ ਬਜ਼ੁਰਗੋ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਜਦੋਂ ਅੱਲਾਹ ਤਾਲਾ ਤੁਹਾਨੂੰ ਸਿਹਤ ਦੇ ਤੰਦਰੁਸਤੀ ਦੇ ਗਲੀ ਜਾਣੇ ਨਾ ਇਸ ਹੱਥ ਕੋਠੀ ਹੋਈ ਉਹਨੂੰ ਪੱਥਰ ਲੱਗਦਾ ਕੋਠੀ ਨੂੰ